Like the video, subscribe to the channel and press the bell icon for latest video update. Nanak diyan gujiyan Ramzan, Nanak diyan gujiyan Ramzan, besamjh zamana ki jaane, jin sab jag apna samjh leya, apna te begana ki jaane. Nanak diyan gujiyan ਸਤਵੰਤ ਸਿੰਘ ਬੱਬੂ ਪਿੰਡ ਹੁਸੈਨਪੁਰ ਜ਼ਿਲ੍ਹਾ ਜਲੰਧਰ ਜੋ ਕਿ ਅਸੀਂ ਬਹੁਤ ਪੁਰਾਣੇ ਬਡਾਲਾ ਸਾਹਿਬ ਦੇ ਸਮਰਥਕ ਹਾਂ 1999 ਤੋਂ ਪਹਿਲਾਂ ਆਉਂਦੇ ਸੀ ਫਿਰ ਵਿਚਾਰ ਬਣੀ ਕਿ ਆਪਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਅਰਦਾਸ ਕਰੀਏ ਕਿਤੇ ਪਰਮਾਤਮਾ ਕਿਰਪਾ ਕਰੂ ਸਿੱਖ ਸੰਗਤਾਂ 'ਤੇ ਅਪਾਰ ਕਿਰਪਾ ਹੋਵੇ ਆਪਾਂ ਨੂੰ ਇਹ ਨਾਂਗਾ ਮਿਲ ਜਾਏ ਅਸੀਂ ਸਾਰਿਆਂ ਸਲਾਹ ਕਰਕੇ 2001 ਵਿੱਚ ਵਿਸਾਖੀ ਵਾਲੇ ਦਿਨ ਪਹਿਲੀ ਅਰਦਾਸ ਕੀਤੀ ਜਦੋਂ ਅਸੀਂ ਉੱਥੇ ਅਰਦਾਸ ਕਰਨ ਗਏ ਪਹਿਲਾਂ ਸਾਨੂੰ BSF ਵਾਲੇ ਬਾਰਡਰ 'ਤੇ ਨਹੀਂ ਜਾਣ ਦਿੰਦੇ ਸੀ ਤੁਸੀਂ ਬੰਨ 'ਤੇ ਅਸੀਂ ਕੱਚੇ ਰਾਹ 'ਤੇ ਜਾ ਕੇ ਅਰਦਾਸ ਕੀਤੀ ਹੇ ਪਰਮਾਤਮਾ ਵਾਹਿਗੁਰੂ ਤੁਸੀਂ ਜਿਹੜੇ ਸਾਡੇ ਗੁਰਧਾਮ ਪਾਕਿਸਤਾਨ 'ਚ ਰਹਿ ਗਏ ਹਨ ਉਹਨਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲੇ ਅਸੀਂ 2001 ਵਿਸਾਖੀ ਤੋਂ ਅਰਦਾਸ ਸ਼ੁਰੂ ਕੀਤੀ 2018 ਵਿੱਚ June 5 ਨੂੰ ਬਡਾਲਾ ਸਾਹਿਬ ਦੀ ਡੈਥ ਹੋ ਗਈ ਜੋ ਕਿ ਪਰਮਾਤਮਾ ਨੂੰ ਪਿਆਰੇ ਹੋ ਗਏ ਬਡਾਲਾ ਸਾਹਿਬ ਵਰਗੇ ਦਰਵੇਸ਼ ਲੀਡਰ ਕੌਮ ਨੂੰ ਕਿ ਸਦਾ ਘਾਟਾ ਪਿਆ ਹੈ ਜਿਹੜਾ ਪਹਿਲਾਂ ਟਕਸਾਲੀ ਅਕਾਲੀ ਸੀ ਬਾਹਲੇ ਦਰਵੇਸ਼ ਲੀਡਰ ਸੀ ਉਹਨਾਂ ਦੀ ਘਾਟ ਕਦੇ ਵੀ ਨਹੀਂ ਕੌਮ ਨੂੰ ਜਾਂ ਪੰਜਾਬ ਨੂੰ ਘਾਟਾ ਪੂਰਾ ਹੋਣਾ ਉਹਨਾਂ ਦਾ ਇੱਕ ਪੰਜਾਬ ਵਿੱਚ ਨਾਂ ਨਹੀਂ ਸੀ ਉਹਨਾਂ ਦਾ ਬਾਹਰਲਿਆਂ ਦੇਸ਼ਾਂ ਵਿੱਚ ਯੂਰਪ ਕਨੇਡਾ ਅਮੈਰੀਕਾ ਵਿੱਚ ਲੋਕ ਬੜਾ ਸਤਿਕਾਰ ਮਾਣ ਕਰਦੇ ਸੀ ਕਿਉਂਕਿ ਉਹ ਇੱਕ ਸੁੱਚੇ ਲੀਡਰ ਸੀ ਉਹਨਾਂ ਦੇ ਮਨ ਦੀ ਇਹ ਤਮੰਨਾ ਸੀ ਕਿਉਂਕਿ ਅਸੀਂ ਜੋ ਸਾਡਾ ਪਿਛੋਕੜ ਆ
ਪਹਿਲਾਂ ਪਾਕਿਸਤਾਨ ਤੋਂ ਆਏ ਹਾਂ, ਸਾਡਾ ਪਿੰਡ ਵੀ ਪਾਕਿਸਤਾਨ 'ਚ ਸੀ, ਸਾਡੇ ਬਜ਼ੁਰਗ ਉੱਥੋਂ ਆਏ, ਉਹਨਾਂ ਨੂੰ ਉੱਥੇ ਦੇ ਜਿਹੜੇ ਪੁਰਾਣੇ ਬਜ਼ੁਰਗ ਪੰਜਾਬ ਦੇ ਸੀ ਪਾਕਿਸਤਾਨ 'ਚ ਆਏ, ਉਹਨਾਂ ਦਾ ਪਾਕਿਸਤਾਨ ਛੱਡ ਕੇ ਆਉਣ ਕਰਕੇ ਉਹਨਾਂ ਦਾ ਬਹੁਤ ਜ਼ਿਆਦਾ ਲਗਾਅ ਸੀ। ਪਰਮਾਤਮਾ ਨੇ ਕਿਰਪਾ ਕੀਤੀ, ਬੁਢਾਲਾ ਸਾਹਿਬ ਨੇ ਅਰਦਾਸਾਂ ਕੀਤੀਆਂ, ਬਾਕੀ ਕੁਛ ਸਰਕਾਰਾਂ ਦਾ ਵੀ ਉਪਰਾਲਾ ਹੋਇਆ ਜੋ ਕਿ ਦੋਨਾਂ ਦੇਸ਼ਾਂ ਦਾ ਆਪਸ ਵਿੱਚ ਭਾਈਚਾਰਾ ਮਿਲਵਰਤਨ ਹੋਇਆ। ਜੋ ਪਾਕਿਸਤਾਨ ਦੇ ਵਿੱਚ ਮੁਸਲਮਾਨ ਭਾਈਚਾਰਾ ਹੈ ਉਹ ਬਾਹਲੇ ਜਦੋਂ ਵੰਡ 1947 ਵਿੱਚ ਹੋਈ ਉਦੋਂ ਆ ਕੇ ਉਹਨਾਂ ਦੇ ਸਿੱਖਾਂ ਦੇ ਵਿੱਚੋਂ ਵੀ ਕਈ ਮੁਸਲਮਾਨ ਬਣੇ ਆ, ਕਈ ਪਰਿਵਾਰਾਂ ਦੇ ਆਪਸ ਵਿੱਚ ਤਾਲਮੇਲ ਸੀਗੇ ਜਿਹੜੇ ਉੱਥੇ ਕੋ ਆਪਣੀਆਂ ਜਾਇਦਾਦਾਂ ਜ਼ਮੀਨਾਂ ਬਚਾਉਣ ਨੂੰ ਮੁਸਲਮਾਨ ਬਣ ਕੇ ਆਪਣਾ ਆਪ ਉਹਨੇ ਉੱਥੇ ਰੱਖ ਲਿਆ। 2005 ਦੇ ਵਿੱਚ ਜਿਹੜੀ ਜੂਨ ਦੀ ਅਰਦਾਸ ਸੀ, ਬੁਢਾਲਾ ਸਾਹਿਬ ਨੇ 208 ਅਰਦਾਸਾਂ ਕੀਤੀਆਂ, ਉਦੋਂ ਬਾਅਦ ਅਰਦਾਸ ਨਵੰਬਰ ਵਿੱਚ ਕੀਤੀ ਅਸੀਂ, 214 ਅਰਦਾਸਾਂ ਹੋ ਗਈਆਂ। ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਅਤੇ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਾ ਧੰਨਵਾਦ ਕਰਦੇ ਹਾਂ। ਇਹ ਇੱਕ ਧਾਰਮਿਕ ਮਸਲਾ ਸੀ, ਸਾਨੂੰ ਸਿਆਸਤ ਉੱਤੇ ਹੋ ਕੇ ਇਹਦਾ ਸਾਰਿਆਂ ਨੂੰ ਸਰਕਾਰਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੋ ਕਿ ਸਾਨੂੰ ਕਰਤਾਰਪੁਰ ਨਾਂਗਾ ਮਿਲ ਗਿਆ। ਇੰਨਾ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਕੁਰਾਲੀ, ਡਾਕਖਾਨਾ ਲਾਂਬੜਾ, ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹਾਂ, ਜਿਹੜਾ ਕਿ ਪਹਿਲਾਂ ਤੋਂ 40-45 ਸਾਲ ਤੋਂ ਬੁਢਾਲਾ ਸਾਹਿਬ ਦੇ ਨਾਲ ਸ਼੍ਰੋਮਣੀ ਅਕਾਲੀ ਦਲ 'ਚ ਕੰਮ ਕਰਦੇ ਆ ਰਹੇ ਹਾਂ। ਜਿਹੜਾ ਤਦ ਤੱਕ ਕਰਤਾਰਪੁਰ ਦੇ ਕੋਰੀਡੋਰ ਲਾਂਘੇ ਦਾ ਸਵਾਲ ਹੈ, ਉਹਨੂੰ ਚੱਕਣ ਵਿੱਚ, ਉਹਨੂੰ ਹਾਈਲਾਈਟ ਕਰਨ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਬੁਢਾਲਾ ਦਾ ਮੇਨ ਹੱਥ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਕੱਲ੍ਹ ਜਿੰਨੇ ਚਾਹੇ ਉਹ ਸਾਡੇ ਅਕਾਲੀ ਭਰਾ ਹੋਣ, ਚਾਹੇ ਦੂਜੀਆਂ ਜਥੇਬੰਦੀਆਂ ਹੋਣ, ਉਹ ਆਪਣਾ ਨਾਂ ਰੱਖਦੀਆਂ ਮੋਹਰੇ ਬੁਢਾਲਾ ਸਾਹਿਬ ਦਾ ਨਾਂ ਲੈਣ ਨੂੰ ਉਹਨਾਂ ਨੂੰ ਸੰਗ ਆਉਂਦੀ ਹੈ। 2001 ਦੇ ਵਿੱਚ ਪਹਿਲੀ ਅਰਦਾਸ ਬੁਢਾਲਾ ਸਾਹਿਬ ਨੇ ਆਪਣੇ ਸਾਥੀਆਂ ਨੂੰ ਨਾਂ ਲੈ ਕੇ ਦਰਸ਼ਨ ਬਲਾਥੀ, ਰਾਵੀ ਦਰਸ਼ਨ ਬਲਾਥੀ ਸੰਸਥਾ ਬਣਾ ਕੇ ਵਿਸਾਖੀ ਦੇ ਦਿਨ ਸ਼ੁਰੂ ਕੀਤੀ, ਜਿਹੜੀ ਅੱਜ ਤੱਕ ਨਿਰੰਤਰ ਚੱਲ ਰਹੀ ਹੈ। 208 ਮੱਥਿਆ 'ਤੇ ਬੁਢਾਲਾ ਸਾਹਿਬ ਨੇ ਅਰਦਾਸਾਂ ਕੀਤੀਆਂ, ਮਗਰੋਂ ਅਕਾਲ ਪੁਰਖ ਨੂੰ ਪਿਆਰੇ ਹੋ ਗਏ ਅਤੇ ਉਸ ਤੋਂ ਬਾਅਦ ਹੁਣ 14 ਹੋ ਚੁੱਕੀਆਂ ਹਨ। ਉਸ ਤੋਂ ਬਾਅਦ ਗੁਰਪ੍ਰਤਾਪ ਸਿੰਘ ਬੁਢਾਲਾ ਨਿਰੰਤਰ ਹਰ ਮੱਥਿਆ 'ਤੇ ਸਾਡੇ ਨਾਲ ਜਾਂਦੇ ਹਨ। ਉਹ ਇਸ ਕਰਕੇ ਇੱਥੋਂ ਤੱਕ ਰਸਤੇ ਦੀ ਗੱਲ ਹੈ, ਬਹੁਤ ਖੁਸ਼ੀ ਦੀ ਗੱਲ ਹੈ ਕਿ ਦੋਵਾਂ ਮੁਲਕਾਂ ਦੇ ਸਰਕਾਰਾਂ ਨੇ, ਪ੍ਰਧਾਨ ਮੰਤਰੀਆਂ ਨੇ ਬੜੀ ਫਰਾਖਦੀ ਦਿਖਾਲ ਕੇ ਬੜੇ ਚਿਰਾਂ ਦੀ ਸਾਡੀ ਚੱਕੀ ਹੋਈ ਅਰਦਾਸ, ਕੀਤੀ ਹੋਈ ਮੰਗ ਨੂੰ ਪੂਰਾ ਕੀਤਾ ਹੈ। ਜਿੱਥੋਂ ਤੱਕ ਸਵਾਲ ਹੈ ਜਿਹੜੇ ਗੁਰਦੁਆਰੇ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਸਾਡੇ ਵੀਰ ਕਹਿੰਦੇ ਆ 1947 ਤੋਂ ਬਾਅਦ ਇਹ ਸ਼ਬਦ, ਇਹ ਅੱਖਰ ਪਾਏ ਗਏ ਸਨ ਅਰਦਾਸ ਵਿੱਚ, ਪਰ ਉੱਥੇ ਕਰਤਾਰਪੁਰ ਦੇ ਕੋਰੀਡੋਰ ਦਾ ਸਵਾਲ ਕਿਤੇ ਨਹੀਂ ਆਇਆ। ਜੇ ਕਰਤਾਰਪੁਰ ਦੇ ਕੋਰੀਡੋਰ ਦਾ ਨਕਸ਼ਾ ਜਿਹੜਾ ਚੱਕਣ ਵਿੱਚ ਬੁਢਾਲਾ ਸਾਹਿਬ ਨੇ ਸਭ ਤੋਂ ਪਹਿਲਾਂ 2001 ਵਿੱਚ ਸ਼ੁਰੂ ਕੀਤਾ, ਜਿਹੜਾ ਹੌਲੀ ਹੌਲੀ ਚੱਲਦਿਆਂ ਚੱਲਦਿਆਂ ਮੀਡੀਆ 'ਚ ਆ ਕੇ ਬਾਹਰਲੇ ਸਿੱਖਾਂ ਵਿੱਚ, ਕਨੇਡਾ, ਇੰਗਲੈਂਡ, ਜਾਂ ਅਮਰੀਕਾ ਵਾਲੇ ਮੁਲਕਾਂ ਦੇ ਵਿੱਚ ਜਦ ਚਲੇ ਗਈ ਗੱਲ, ਅਤੇ 2008 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਨੇ ਵੀ ਮਤੇ ਪਾਸ ਕਰਕੇ ਹਮਾਇਤ ਕੀਤੀ ਵੀ ਅਸੀਂ ਵੀ ਇਹਦੇ ਨਾਲ ਸ਼ਾਮਿਲ ਹਾਂ। ਪਰ ਜਿਹੜੀ ਇਹ ਗੱਲ ਕਹਿਣੀ ਵੀ ਅਸੀਂ 1947 ਤੋਂ ਲੈ ਕੇ ਅਰਦਾਸ ਕਰਦੇ ਆ ਰਹੇ ਹਾਂ, ਉਸ ਅਰਦਾਸ ਦੇ ਵਿੱਚ ਗੁਟਕਾ ਸਾਹਿਬ 'ਤੇ ਵੀ ਕਿਤੇ ਨਾਂ ਇਹ ਨਹੀਂ ਆਉਂਦਾ, ਅਤੇ ਨਾ ਕਿਤੇ ਕੀਤੀ ਗਈ ਹੈ ਅਰਦਾਸ ਵੀ ਕੋਰੀਡੋਰ ਦਿੱਤਾ ਜਾਵੇ। ਇਹ ਤਾਂ ਸਮੁੱਚੀ ਅਰਦਾਸ ਚੱਲਦੀ ਸੀ, ਇਸ ਕਰਕੇ ਅੱਜ ਕੱਲ੍ਹ ਦੇ ਲੀਡਰ ਜਿਹੜੇ ਹਨ ਉਹ ਆਪਣੀ ਸ਼ੋਹਰਤ ਬਣਾਉਣ ਲਈ, ਆਪਣੇ ਸਿਆਸੀ ਲਾਹਾ ਲੈਣ ਲਈ ਬੁਢਾਲਾ ਸਾਹਿਬ ਦਾ ਨਾਂ ਲੈਣ ਤੋਂ ਝਿਜਕਦੇ ਹਨ। ਅਸੀਂ, ਮੈਂ ਸਮਝਦਾ ਕਿ ਬੜੀ ਮਾੜੀ ਗੱਲ ਹੈ ਜਿਸ ਬੰਦੇ ਦੀ ਕੁਰਬਾਨੀ ਕੀਤੀ ਹੋਵੇ, ਜਿੱਦਾਂ ਦਾ ਮਹਾਨ ਤਰਬੇ ਸਿਆਸਤਦਾਨ ਨਹੀਂ ਮਿਲ ਸਕਦਾ ਕੌਮ ਨੂੰ, ਉਹਨਾਂ ਦੀ ਬੜੀ ਦੂਰਦੇਸ਼ੀ ਸੀ। ਚਲੋ ਕਈ ਵਾਰੀ ਅਸੀਂ ਵੀ ਥੱਕ ਜਾਣਾ ਅਰਦਾਸਾਂ ਕਰਦੇ ਹਾਂ, ਕਾਫੀ ਸਾਲ ਹੋ ਗਏ, ਮੈਨੂੰ ਕਈਆਂ ਨੇ ਕਹਿਣਾ ਵੀ ਕੜਾਈ ਤੂੰ ਜ਼ਿਆਦਾ ਨੇੜੇ ਆ, ਬੁਢਾਲਾ ਸਾਹਿਬ ਨੂੰ ਕਹਿਆ ਆਪਾਂ ਬੰਦ ਕਰ ਦਈਏ ਅਰਦਾਸ, ਪਰ ਉਹ ਨਹੀਂ ਮੰਨਦੇ। ਉਹ ਕਹਿੰਦੇ ਨਹੀਂ, ਤੁਹਾਨੂੰ ਪਤਾ ਨਹੀਂ ਕਿ ਜਿੱਥੇ ਕਰਤਾਰਪੁਰ ਦੇ ਲਾਂਘੇ ਦੀ ਗੱਲ ਆ ਉੱਥੇ ਦੋਵਾਂ ਮੁਲਕਾਂ ਦੇ ਵਿੱਚ ਸਦਭਾਵਨਾ ਦੀ ਗੱਲ ਹੈ। ਜੇ ਰਾਸਤਾ ਚਾਲੂ ਹੋਏ ਮਹਿਣਾ ਵੀ ਅਗੋਂ ਕਹਿੰਦੇ ਸੀ, ਪੂਰਨ ਭਰੋਸਾ ਸੀ, ਕਹਿੰਦੇ ਬਾਅਦ 'ਚ ਮਿਲੇਗਾ ਚਿੰਤਾ ਨਾ ਕਰੋ। ਨਾਲ ਹੀ ਦੋਵਾਂ ਦੇਸ਼ਾਂ ਦੇ ਵਿੱਚ ਸਦਭਾਵਨਾ ਦੀ ਗੱਲ ਹੈ, ਦੋਵਾਂ ਦੇਸ਼ਾਂ ਦੇ ਵਿੱਚ ਪਿਆਰ ਮੁਹੱਬਤ ਵਧੇਗਾ, ਵਪਾਰ ਵਧੇਗਾ, ਜਿਹੜਾ ਪੰਜਾਬ ਨੂੰ ਬਹੁਤ ਲਾਹਾ ਹੋਣਾ। ਸੋ ਇਸ ਕਰਕੇ ਉਹਨਾਂ ਦੀ ਇਹ ਦੂਰਦੇਸ਼ੀ ਸੋਚ ਅਜੇ ਰੰਗ ਲਿਆਈ ਹੈ। ਤਾਂ ਮੈਂ ਤਾਂ ਕਹਿਣਾ ਇਹ ਵਾਰ ਵਾਰ ਕਹੂੰਗਾ ਕਿ ਇਹੋ ਜਿਹਾ
ਸਿਆਸਤਦਾਨ ਦੀ ਚੱਕੀ ਹੋਈ ਗੱਲ ਨੂੰ ਸਾਡੇ ਅਕਾਲੀ ਭਰਾਵਾਂ ਨੂੰ ਵੀ ਸੋਚਣਾ ਚਾਹੀਦਾ ਕਿ ਉਹਨਾਂ ਦਾ ਨਾਮ ਮੋਹਰੇ ਰੱਖੀਏ। ਅਸੀਂ ਮੈਂ ਤਾਂ ਇਹ ਵੀ ਮੰਗ ਕਰਦਾ ਕਿ ਉੱਥੇ ਜਿਹੜਾ ਰਸਤਾ ਬਣਨਾ ਉੱਥੇ ਬਰਾੜਾ ਸਾਹਿਬ ਦਾ ਬੋਰਡ ਲੱਗਣਾ ਚਾਹੀਦਾ, ਇਹਨਾਂ ਦੀ ਦੇਣ ਹੈ। ਇਸ ਕਰਕੇ ਉਹਨਾਂ ਦੀ ਦੇਣ ਨੂੰ ਕੋਈ ਜਨਤਾ ਨਹੀਂ ਭੁੱਲ ਸਕਦੀ। ਸਿਆਸੀ ਲੀਡਰ ਭਾਵੇਂ ਜਿੱਦਾਂ ਮਰਜ਼ੀ ਭੁੱਲ ਜਾਣ, ਪਰ ਜਨਤਾ ਦੇ ਵਿੱਚ ਉਹਨਾਂ ਦਾ ਨਾਂ ਰਹੇਗਾ। ਇਹਦੀਆਂ ਬੇਨਤੀਆਂ ਕਰਦਾ ਹੋਇਆ ਪ੍ਰਵਾਨ ਕਰਨੀਆਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਗੁਰਦੇਵ ਸਿੰਘ, ਪਿੰਡ ਨਿਦਰਾ, ਜ਼ਿਲ੍ਹਾ ਜਲੰਧਰ ਰਹਿਣ ਵਾਲਾ ਹਾਂ। ਸਰਦਾਰ ਕੁਲਦੀਪ ਸਿੰਘ ਜੀ ਬਡਾਲਾ ਸਾਹਿਬ ਨੇ ਜਿਹੜੀ ਰਾਵੀ ਦਰਸ਼ਨ ਨਿਵਾਸੀ ਸੰਸਥਾ ਸ਼ੁਰੂ ਕੀਤੀ, ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਰਾਜਨੀਤਿਕ ਤੌਰ 'ਤੇ ਬੜੇ ਵੱਡੇ ਵੱਡੇ ਸਟੈਪ ਚੱਕੇ ਅਤੇ ਉਹਨਾਂ ਨੇ ਪੰਥ ਦੀ ਸੋਚ ਲੈ ਕੇ ਰਾਵੀ ਦਰਸ਼ਨ ਨਿਵਾਸੀ ਸੰਸਥਾ ਸ਼ੁਰੂ ਕੀਤੀ, ਜੋ ਕਿ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਦੀ ਇਲਾਕੇ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਸੀ ਗੁਰਦੁਆਰਾ ਕਰਤਾਰਪੁਰ ਜਲੰਧਰ ਵਿੱਚ ਹੈ ਕਿ ਜਾਂ ਕਿ ਇਹ ਪਾਕਿਸਤਾਨ ਵਿੱਚ ਹੈ। ਇਹ ਉਹਨਾਂ ਦੀ ਦੇਣ ਹੈ। ਉਹਨਾਂ ਨੇ ਲਗਾਤਾਰ 2001 ਤੋਂ ਲੈ ਕੇ 2017 ਤੱਕ ਉਹਨਾਂ ਨੇ 208 ਅਰਦਾਸਾਂ ਕੀਤੀਆਂ। ਉਹਨਾਂ ਦੀ ਜ਼ਿੰਦਗੀ ਤੋਂ ਬਾਅਦ, ਸੁਰਗਾ ਛੋਣ ਤੋਂ ਬਾਅਦ, ਉਹਨਾਂ ਨੇ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ ਨੇ ਨਿਰੰਤਰ ਇਹੋ ਮੱਸਿਆ ਦੀ ਅਰਦਾਸ ਸ਼ੁਰੂ ਕੀਤੀ, ਜੋ ਅੱਜ ਸਾਡੀਆਂ ਸਰਕਾਰਾਂ, ਸਾਡੇ ਵੱਡੇ ਵੱਡੇ ਸੈਂਟਰ ਗੌਰਮੈਂਟ ਦੇ ਜਿਹੜੇ ਇੱਕ ਵਾਰੀ ਪ੍ਰਣ ਮੁਖਰਜੀ ਸਾਹਿਬ ਜੀ ਉੱਥੇ ਆਏ ਸਨ, ਇੱਥੇ ਡੇਰਾ ਬਾਬਾ ਨਾਨਕ, ਉਦੋਂ ਬਡਾਲਾ ਸਾਹਿਬ ਨੂੰ ਸੰਦੇਸ਼ ਭੇਜਿਆ ਗਿਆ ਅਤੇ ਸਾਡੀਆਂ ਸਰਕਾਰਾਂ ਨੇ ਜਿਹੜੇ ਸਾਡੇ ਪੰਥ ਦੀ ਸੋਚ ਨਹੀਂ ਸੀ ਰੱਖਦੇ, ਉਹਨਾਂ ਨੇ ਬਡਾਲਾ ਸਾਹਿਬ ਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਅਤੇ ਮੁੜ ਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਪਤਾ ਲੱਗਾ ਅਤੇ ਉਹਨਾਂ ਨੇ ਉੱਥੋਂ ਕੱਢਿਆ ਅਤੇ ਜਾਣ ਦਿੱਤਾ। ਇਹੋ ਜਿਹੀਆਂ ਕੁਝ ਜਿਹੀਆਂ ਹਰਕਤਾਂ ਨਾਲ ਸਾਨੂੰ ਬੜਾ ਧੱਕਾ ਲੱਗਾ, ਜੋ ਅੱਜ ਸੁਰਗਵਤ ਸਿੰਘ ਸਰਦਾਰ ਬਡਾਲਾ ਸਾਹਿਬ ਨੇ ਤੋਂ ਬਾਅਦ ਜਿਹੜੀ ਅੱਜ ਇਹ ਗੱਲ ਲੰਘ ਰਹੀ ਚੱਲੀ ਹੈ, ਇਹ ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਇਹਦੇ ਬਾਰੇ ਬਡਾਲਾ ਸਾਹਿਬ ਨੂੰ ਮੈਂ ਤਾਂ ਕਹੂੰਗਾ ਪਰਮਾਤਮਾ ਨੂੰ ਇੱਕ ਬੜੀ ਸੂਝੀ ਸੀ, ਉਹਨਾਂ ਦੀ ਬੜੀ ਸੋਚ ਸੀ ਜਿਹੜੀ ਉਹਨਾਂ ਨੇ ਇਸ ਕਰਤਾਰਪੁਰ ਲਾਂਘੇਰੀ ਸ਼ੁਰੂ ਕੀਤੀ। ਅਤੇ ਜਿਸ ਤਰ੍ਹਾਂ ਆਪਣੇ ਜਪਜੀ ਸਾਹਿਬ ਦੇ ਵਿੱਚ ਵੀ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਦਾ ਨਾਂ ਆਉਂਦਾ ਹੈ, ਇਸ ਗੁਰੂ ਨਾਨਕ ਗੁਰਦੁਆਰਾ ਸਾਹਿਬ ਦਾ ਨਾਂ ਨਹੀਂ ਸੀ ਆਉਂਦਾ। ਇਹ ਇਲਾਕੇ ਨੂੰ ਹਿੰਦੁਸਤਾਨ ਦੇ ਵਰਲਡ ਦੇ ਵਿੱਚ ਬੜੀ ਇੱਕ ਵੱਡੀ ਦੇਣ ਹੋਈ, ਜਿਹੜੇ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਅਤੇ ਬਾਹਰੋਂ ਜਿੱਦਾਂ ਅਸੀਂ ਜਾਂਦੇ ਹੁੰਦੇ ਸੀ ਨਾਲ, ਜਿੰਨੇ ਵੀ ਸਾਡੇ ਦਰਸ਼ਨ ਨਿਵਾਸੀ ਸੰਸਥਾ ਦੇ ਮੈਂਬਰ ਸਨ, ਅਤੇ ਉਹਨਾਂ ਨੂੰ ਬਾਹਰੋਂ ਫੋਨ ਆਉਂਦੇ ਹੁੰਦੇ ਸੀ ਵੀ ਤੁਸੀਂ ਬਹੁਤ ਚੰਗਾ ਇੱਕ ਕਦਮ ਚੁੱਕਿਆ, ਜਿਹੜਾ ਕਿ ਅੱਜ ਲੋਕਾਂ ਦੀ ਆਵਾਜ਼ ਉਹ ਪੂਰੀ ਹੋਈ। ਅੱਜ ਬਡਾਲਾ ਸਾਹਿਬ ਦੀ ਆਪਣੀ ਰੂਹ ਨੂੰ ਸ਼ਾਂਤੀ ਮਿਲੀ। ਉਹਨਾਂ ਨੇ ਕਿਹਾ ਸੀ ਮੇਰੇ ਤੋਂ ਬਾਅਦ ਇਹ ਲਾਂਘਾ ਹੋਊਗਾ ਅਤੇ ਦੋਵਾਂ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਇਹਨਾਂ ਦਾ ਨੇੜਤਾ ਹੋਊਗੀ, ਆਵਾਜਾਈ ਖੁੱਲੂਗੀ ਅਤੇ ਪੰਜਾਬ ਦੇ ਲੋਕਾਂ ਨੂੰ ਕਾਫੀ ਫਾਇਦਾ ਮਿਲੂਗਾ। ਅਤੇ ਜੋ ਅੱਜ ਇਹਨਾਂ ਦੀ ਉਹਨਾਂ ਦੀ ਆਸ ਪੂਰੀ ਹੋਈ, ਅਤੇ ਮੈਂ ਅਰਦਾਸ ਕਰਦਾ ਕਿ ਇਸ ਪਰਿਵਾਰ ਨੂੰ, ਗੁਰਪ੍ਰਤਾਪ ਸਿੰਘ ਜੀ ਹੁਣਾਂ ਦੇ ਪਰਿਵਾਰ ਨੂੰ ਮਹਾਰਾਜ ਤੰਦਰੁਸਤੀ ਰੱਖੇ ਅਤੇ ਦਿਨ ਦੁਗਣੀ ਤਰੱਕੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।